ਉਸ ਤੋਂ ਬਾਅਦ ਮੇਰਾ ਖਿਆਲ ਕਹਿੰਦਾ ਜੀ ਤੇ ਦਿਲ ਅੰਦਰ ਰੱਤੀ ਬਰਾਬਰ ਦੇ ਮੁਸਤਫਾ ਨਾਲ ਮੁਹੱਬਤ ਹੈ ਉਹਨੇ ਚੁੱਪ ਨਹੀਂ ਬਹਿਣਾ ਜੀ ਜੀ ਅਬਾਸ ਸਾਹਿਬ ਤੁਹਾਡੀ ਨਜ਼ਰ ਕਰ ਰਿਹਾ ਹਾਂ حضرت محمد بن سلیمان الجزوری رحمت اللہ علیہ میں کوشش کر رہا کہ تواڈے ذوق دے مطابق بولاں محمد بن سلیمان الجزوری رحمت اللہ علیہ آپ نو سفر تے جانا پے گیا دوپہر دا ٹائم آیا ظہر دا وقت آیا کیونکہ مولوی نہیں سن او اللہ دے ولی سن انہاں نماز پڑھنی سی جد زہر دا وقت آیا نا ادھر سورج نظر آئے تے جدوں آپ نے غور کیتا تے سامنے ریت ہی ریت دور دور تک پانی دا نامو نشان نہیں دل اندر خیال ہے یار زہر دا وقت ہے نماز پڑھنی ہے تے حکم ہے وے کہ 40 میل مشرق 40 میل مغرب 40 جنوب تے 40 شمال اگر پانی نہ ملے تے پھر تیمم کر لینا ہے ਉਹਨੇ ਕਿਹਾ ਅਗਰ ਮੈਂ 40-40 ਮੀਲ ਭੱਜਣ ਲੱਗ ਪਿਆ ਤਾਂ ਨਮਾਜ਼ ਦਾ ਵੇਲਾ ਲੰਘ ਜਾਣਾ ਹੈ ਹੁਣ ਕੀ ਕਰਾਂ ਨਾ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਕਿ ਪਾਣੀ ਨਜ਼ਰ ਆ ਜਾਏ ਇੱਕ ਉੱਚੇ ਟੀਲੇ ਦੇ ਪਾਸ ਚੜ ਗਏ ਸਾਹਮਣੇ ਪੱਖੀ ਵਾਰਾਂ ਦੀ ਬਸਤੀ ਨਜ਼ਰ ਆਈ ਜਿਨ੍ਹਾਂ ਨੂੰ ਤੁਸੀਂ ਆ ਬਾਬ ਤਪਰੀ ਵਾਸ ਆਉਂਦੇ ਹੋ ਉਹਨਾਂ ਖੈਮੇ ਲਾਏ ਸਨ ਇੱਕ ਜਗ੍ਹਾ ਤੇ ਉਹਨਾਂ ਦੀ ਬਸਤੀ ਜਦੋਂ ਆਪ ਨੇ ਉਹ ਟਿੱਬੇ ਤੇ ਚੜ ਕੇ ਵੇਖਿਆ ਬਸਤੀ ਨਜ਼ਰ ਆਈ ਆਪ ਨੇ ਸੋਚਿਆ ਜਿੱਥੇ ਖੈਮੇ ਲਾਉਂਦੇ ਨੇ ਲਾਜ਼ਮਨ ਉੱਥੇ ਪਾਣੀ ਜ਼ਰੂਰ ਹੋਣਾ ਹੈ ਆਪ ਉਹਨਾਂ ਦੇ ਖੈਮਿਆਂ ਵੱਲ ਨੂੰ ਤੁਰ ਪਏ ਖੈਮਿਆਂ ਦੇ ਕਰੀਬ ਪਹੁੰਚੇ ਅਬਾਸਾ ਪਾਣੀ ਦਾ ਖੂਹ ਨਜ਼ਰ ਆਇਆ ਹੁਣ ਜਦੋਂ ਖੂਹ ਤੇ ਪਹੁੰਚੇ ਤੇ ਬੜਾ ਮਸਲਾ ਖਰਾਬ ਹੈ ਖੂਹ ਦੇ ਉੱਤੇ ਨਾ ਡੋਲੇ ਤੇ ਨਾ ਹੀ ਰਸੀ ਹੈ ਨਾ ਡੋਲੇ ਨਾ ਰਸੀ ਹੈ ਪਾਣੀ ਕੱਢਣਾ ਕਾਹਦੇ ਨਾਲ ਕੱਢਾ ਜ਼ੋਹਰ ਦਾ ਵਕਤ ਤੇ ਗੁਜ਼ਰਦਾ ਪਿਆ ਖੈਮਿਆਂ ਦੇ ਕਰੀਬ ਚਲੇ ਗਏ ਇੱਕ ਛੋਟੀ ਜਿਹੀ ਬੱਚੀ ਖੈਮਿਆਂ ਦੇ ਬੂਹੇ ਤੇ ਖੜੀ ਹੈ ਉਸ ਬੱਚੇ ਨੂੰ ਆਵਾਜ਼ ਦਿੱਤੀ ਬੇਟਾ ਮੈਨੂੰ ਇੱਕ ਰੱਸੀ ਚਾਹੀਦੀ ਹੈ ਇੱਕ ਡੋਲ ਚਾਹੀਦੀ ਹੈ ਜਿਹੜੇ ਜੁਮਲੇ ਉਸ ਬੱਚੀ ਨੇ ਬੋਲੇ ਮਜ਼ਾ ਲਿਆ ਜੇ ਸੁਣ ਕੇ ਇੱਕ ਰੱਸੀ ਚਾਹੀਦੀ ਹੈ ਡੋਲ ਚਾਹੀਦਾ ਹੈ ਉਹਨੇ ਕਿਹਾ ਬਾਬਾ ਕਰਨਾ ਕੀ ਆ ਉਹਨੇ ਕਿਹਾ ਪਾਣੀ ਕੱਢਣਾ ਤੇ ਵੁਜ਼ੂ ਕਰਨਾ ਤੇ ਬੱਚੀ ਕਹਿੰਦੀ ਹੈ ਬਾਬਾ 70 ਸਾਲ ਤੇਰੀ ਉਮਰ ਹੋ ਗਈ ਹੈ ਅਜੇ ਵੀ ਰੱਸੀਆਂ ਹੀ ਪਿਆ ਲੱਗਣਾ ਨਹੀਂ 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 ਉੱਚੀ ਬੋਲੋ ਸੁਭਾਨ ਅੱਲਾਹ ਉਹਨੇ ਕਿਹਾ ਬਾਬਾ 70 ਸਾਲ ਤੇਰੀ ਉਮਰ ਹੋ ਗਈ ਹੈ ਅਜੇ ਵੀ ਰਸੀ ਪੀ ਲੱਭਣਾ ਉਹਨੇ ਕਿਹਾ ਬੇਟਾ ਵੁਜ਼ੂ ਕਰਨਾ ਪਾਣੀ ਖੂਹ ਵਿੱਚ ਤੇ ਨੀਵੇਂ ਰੱਸੀ ਤੇ ਡੋਲ ਤੋਂ ਬਗੈਰ ਨਿਕਲਣਾ ਕੋਈ ਨਹੀਂ ਉਹਨੇ ਕਿਹਾ ਬਾਬਾ ਮੈਨੂੰ ਨਾਲ ਲੈ ਚੱਲ ਬੱਚੀ ਬਾਬੇ ਦੇ ਨਾਲ ਤੁਰੀ ਖੂਹ ਦੇ ਕੰਢੇ ਤੇ ਜਾ ਕੇ ਹੁਣ ਬੱਚੀ ਨੇ ਜਿਹੜਾ ਕੰਮ ਕੀਤਾ ਮਜ਼ਾ ਲਿਆ ਜੇ ਬੱਚੀ ਨੇ ਖੂਹ ਵੱਲ ਵੇਖਿਆ ਪਾਣੀ ਬੜਾ ਨੀਵੇਂ ਹੁਣ ਬਜਾਏ ਡੋਲ ਤੇ ਬਜਾਏ ਰੱਸੀ ਦੇ ਬੱਚੀ ਨੇ बाबा कर वुज़ू जिन्ना चेहरे खलोती रही थले नहीं जाएगा ਜਿੰਨਾ ਚਿਰ ਕਲੋਤੀ ਰਾਂਗੀ ਥੱਲੇ ਨਹੀਂ ਜਾਏਗਾ ਬਾਬੇ ਨੂੰ ਨਮਾਜ਼ ਦਾ ਫਿਕਰ ਸੀ ਉਹਨੇ ਵੁਜ਼ੂ ਕੀਤਾ ਨਮਾਜ਼ ਪੜ੍ਹੀ ਬੱਚੀ ਆਪਣੇ ਖੈਮੇ 'ਚ ਟੁੱਲ ਗਈ ਨਮਾਜ਼ ਤੋਂ ਫਾਰਗ ਹੋ ਕੇ ਅਬਾਸ ਭਾਈ ਉਹ ਫਿਰ ਉਹਦੇ ਖੈਮੇ ਵੱਲ ਗਿਆ ਪੁੱਛਿਆ ਇੱਥੇ ਇੱਕ ਬੱਚੀ ਸੀ ਬੱਚੀ ਫਿਰ ਬਾਹਰ ਨਿਕਲੀ ਇੰਜ ਕਰਕੇ ਬਾਬੇ ਵੱਲ ਵੇਖਿਆ ਤੇ ਕਹਿਣ ਲੱਗੀ ਬਾਬਾ ਫਿਰ ਰੱਸੀ ਵੀ ਲੱਭਣਾ ਹੈ ਫੇਰ ਰਸੀ ਵੀ ਲੱਭਣਾ ਉਹਨੇ ਕਿਹਾ ਨਾ ਬੇਟਾ ਰਸੀ ਨਹੀਂ ਚਾਹੀਦੀ ਉਹਨੇ ਕਿਹਾ ਵੁਜ਼ੂ ਕਰ ਲੈ ਆਪਣਾ ਕੰਮ ਕਰ ਜਾ ਉਹਨੇ ਕਿਹਾ ਨਹੀਂ ਮੈਂ ਤੈਨੂੰ ਮਿਲਣ ਆਇਆ ਉਹਨੇ ਕਿਹਾ ਬਾਬਾ ਮੇਰੇ ਨਾਲ ਤੈਨੂੰ ਕੀ ਕੰਮ ਹੈ ਹੁਣ ਜੁਮਲਾ ਸੁਣ ਬਾਬਾ ਕਹਿਣ ਲੱਗਾ ਬੇਟਾ ਮੈਂ ਤੇਰੇ ਕੋਲੋਂ ਉਸ ਦੁਕਾਨ ਦਾ ਐਡਰੈਸ ਪੁੱਛਣ ਆਇਆ ਜਿੱਥੋਂ ਤੂੰ ਲੈ ਕੇ ਆਇਆ ਮੈਂ ਤੇਰੇ ਕੋਲੋਂ ਉਸ ਦੁਕਾਨ ਦਾ ਐਡਰੈਸ اللہ شان مصطفیٰ
अच्छा जेड़ा चंद है ना ओदे थक अंदर शिफा आ जाए इंज दा दुरूद पढ़ो के मदीने पहुंच जाए सलातो अल्हम्दुलिल्लाह الحمدللہ وکفا وسلام علی عباده الذین اصطفى خصوصا سید الورا بدر دجا صدر الاولا نور الہدا الذی كَانَ نَبِيًّا وَآدَمُ بَيْنَ الدِّينِ وَالْمَا وَعَلَى آلِهِ آلِهِ وَأَزْوَاجِهِ وَأَصْحَابِهِ اتَّقَى أَمَّا بَعْدُ فَأَعُوذُ بِاللَّهِ مِنَ الشَّيْطَانِ الرَّجِيمِ بِسْمِ اللَّهِ الرَّحْمَنِ الرَّحِيمِ رَبِّ اجْعَلْنِي مُقِيمَ الصَّلَاةِ وَمِنْ ذُرِّيَّتِي رَبَّنَا وَتَقَبَّلْ دُعَاءِ رَبَّنَا اغْفِرْ لِي ولوالدي وللمؤمنين يوم يقوم الحساب إن الله وملائكته يصلون على النبي يا أيها الذين آمنوا صلوا عليه وسلموا کوئی زبان خاموش نہ رہے سارے ایک بڑی تکلیف کر کے بابا سے بلند پڑھ لو صلاۃ بے خبر غافل نہ بن اپنا ٹھکانا یاد کر بے خبر غافل نہ بن اپنا ٹھکانا یاد کر بے خبر غافل بن اپنا ٹھکانا یاد کر گزریا جو نال ماہی دے زمانہ یاد کر گزریا جو نال ماہی زمانہ یاد کر کر کے وعدہ پلے گئیوں تو نہ
अपने महबूब दे कर के वादा भुल गयो तू नाल अपने महबूब दे आलमे लाहौत दा वादा पुराना याद कर तू आलमे लाहौत दा वादा पुराना याद कर पंछी तेरा उड़े जासी खाली पिंजरा रे जाना है पंछी तेरा उड़े जासी आरजी कर छोड़ के असली घराना याद कर बेखबर गाफिल न बन अपना ठिकाना याद कर अल्लाह ताला दी हदो सना तो बाद हुजूर नबी अकरम शफी मुअज्जम नूरे मुजस्सम हबीब किबरिया मालिक हदो सरा शफाए रोजे जजा नूरे जाते तब यजल अहमद मुस्तफा जनाब मोहम्मद मुस्तफा सल्लल्लाहु अलैहि व आलिहि वसल्लम दी बारगाह आलिया अंदर हदिया दरूद व सलाम अर्ज करने तो बाद मेरे निहायत ही वाजिबुल एहतराम बुजुर्गों दोस्तों साथियों आज दा प्रोग्राम साडे भाई मोहम्मद बशीर मरहूम साहब भाई आमिर मरहूम साहब उन्होंने साले सुआब वास्ते इनकाद पजीर है आज दे प्रोग्राम दा एहतमाम साडे भाई अब्दुल मजीद साहब अब्दुल अजीज साहब साडे भाई शाहिद अली जाहिद अली और दीगर जितने भी इनां दे रफाकात ने उन्होंने कीता है अल्लाह ताला इन्हां दे मरहूमीन नूं जन्नतुल फिरदौस सर आला मकाम अता फरमाए मेरा अज दा मौजू जिहड़ा मैनूं हुक्म होया है बाप दी शान और फिक्र आखरत दे हवाले नाल मैं तुहाडे सामने चंद मिनट गुफ्तगू करनी है दुआ करो अल्लाह मेरी जुबान ते कलिमतुल हक जारी फरमाए मेरे स्टेज की जीनत खतीब आले सुन्नत हजरत अल्लामा मौलाना कारी अब्बास साहब कादरी इस महफिल के नकीब ने अल्लाह ताला इन्हां दे ज़ौक अंदर इल्म अंदर उमर अंदर खैर बरकत अता फरमाए और मेरे सामने भाई मोहम्मद नवाज चौराही साहब तशरीफ फरमाते हैं और दीगर साडे माशाल्लाह खुशबू वाले भाई तशरीफ फरमाने इशारे कर रहे हैं कि मेरा भी नाम लो और साडे भाई माशाल्लाह जरवाल तो भी चल के आए ने और दीगर जेड़े आबाब पहली यार मैनू सुनन वास्ते आए हो अल्लाह ताला तुहाडे सारे दा उहनां कबूल फरमा के साडे सारे लई जरिए निजात बनाए बिला तखीर अपने मौजूदा आगाज करना क्योंकि ज़ोहर दा वक्त भी करीब है कुरान करीम फुरकान हमीद अंदर जिहड़ी आया मुबारका मैं तिलावत कीती ਇਹ ਦੁਆ ਹਜ਼ਰਤ ਨੂਹ ਅਲੈਹਿ ਸਲਾਤੁ ਸਲਾਮ ਨੇ ਵੀ ਮੰਗੀ ਹੈ ਤੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਵੀ ਮੰਗੀ ਹੈ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਸਲਾਮ ਆਪ ਨੂੰ ਖਾਲਿਕ ਕਾਇਨਾਤ ਨਵੀਂ ਨਵੀਂ ਜਵਾਨੀ ਉੱਠੀ ਨਾ ਤੇ ਹੁਕਮ ਮਿਲਿਆ ਕਿ ਅੱਗ ਅੰਦਰ ਜਾਣਾ ਹੈ ਆਪ ਅੱਗ ਅੰਦਰ ਹੱਸਦੇ ਖੇਡਦੇ ਅੱਗ ਅੰਦਰ ਛਲਾਂਗ ਲਗਾ ਦਿੱਤੀ ਥੋੜਾ ਜਿਹਾ ਮਜ਼ੀਦ ਉਮਰ ਦੇ ਅੰਦਰ ਬਰਕਤ ਆਈ ਤੇ ਹੁਕਮ ਹੋਇਆ ਕਿ ਤੁਸੀਂ ਕਹਿ ਨਹੀਂ ਕਰੋ ਆਪਣੇ ਬੱਚੇ ਨੂੰ ਬੇਆਬੋ ਬਿਆਰ ਵਾਦੀ ਦੇ ਅੰਦਰ ਛੋੜ ਕੇ ਆਓ ਹਜ਼ਰਤ ਇਸਮਾਈਲ ਨੂੰ ਚੁੱਕਿਆ ਤੇ ਹਜ਼ਰਤ ਹਾਜਰਾ ਨੂੰ ਲਿਆ ਤੇ ਆਪ ਮੱਕਾ ਪਾਕ ਦੀ ਸਰਜ਼ਮੀਨ ਤੇ ਛੋੜ ਕੇ ਚਲੇ ਗਏ
ਵਕਤ ਗੁਜ਼ਰਿਆ ਅੱਲਾਹ ਫਰਮਾਇਆ ਤੁਸੀਂ ਇੰਜ ਕਰੋ ਆਪਣੇ ਪੁੱਤਰ ਨੂੰ ਆਪਣੇ ਗੋਡੇ ਤੇ ਲਟਾ ਕੇ ਉਹਨਾਂ ਦੇ ਗਲੇ ਤੇ ਛੁਰੀ ਚਲਾਓ ਆਪਨੇ ਆਪਣੇ ਪੁੱਤਰ ਨੂੰ ਲਟਾਇਆ ਗਲੇ ਤੇ ਛੁਰੀ ਚਲਾ ਦਿੱਤੀ ਹੁਕਮ ਹੋਇਆ ਆਪਣੇ ਖਤਨੇ ਕਰੋ ਆਪਣੇ ਆਪਣਾ ਨਫਸ ਫੜਿਆ ਪੇਸਾ ਲੈ ਕੇ ਖਤਨ ਕਰ ਦਿੱਤੇ ਬੜੇ ਇਮਤਿਹਾਨ ਅੱਲਾਹ ਦੇ ਨਬੀ ਨੇ ਪਾਸ ਕੀਤੇ حضرت ابراہیم علیہ السلام والسلام جدو سارے امتحان پاس کیتے رب ذوالجلال فرمایا ابراہیم میرے نبی میں تیرے تے راضی ہوں تیری بارگاہ دے اندر قبول نے تے میری ماں دی بھی بخشش کر دے میرے باپ دی بھی بخشش کر دے ہن اے دے اوپر میں اک جملہ تیرے گوش گزار کرن لگا بڑی مہربانی توجہ دعا کرن اللہ دے نبی دی طریقہ دسیا کی آکھنا ہے ربی غفرنی یا اللہ مینوں بخش یا اللہ مینوں بخش اور میرے والدین نو جڑا آندا ہے کہ میں ماں پیو دے ادب تو بغیر مومن بن جاواں او سوچو اے بات نو نکال دیو اونی دیر تک کو مومن نہیں ہو سکدا جتنی دیر تک پیو بھی تیرے لیے دعا نہ کرے تیری ماں بھی تیرے لیے دعا نہ کرے قطعاً اے دعا اللہ دے نبی نے اپنے والدین واسطے منگی تے اج لوکاں نے آکھیا کہ آ جڑا تسی ختم دعا دے ہو میں فلاں کراندے ہو آ چنگیاں انہاں تک پہنچنیاں نے جڑا فروٹ رکھدے ہو چنے رکھدے ہو آ چنگا انہاں تک پہنچنا میں کہ مولوی جی دلیل کی ہے انہاں کہ دلیل ہے وے کہ تسی زندے ہو او مردہ نے تے زندیاں دے عمل دا ثواب مردیاں نوں نہیں پہنچدا میں بخاری و مسلم دی ایک حدیث پڑھ کے تے باپ دی شان پڑھنی ہے بڑی توجہ اللہ دے نبی مصطفی کریم علیہ الصلوۃ والسلام آپ تے اپنے غلاماں اندر تشریف فرما نے اپنی ہر بات دا میں ذمہ دار ہاں اپنے غلاماں اندر مصطفی کریم تے
تشریف فرمانے سرکار مدینہ علیہ الصلوۃ والسلام اپنے غلاموں تے نظر پئی میرے مصطفی کریم علیہ الصلوۃ والسلام نے فرمایا اے میرے غلاموں میں محمد عربی اعلان کرنا کہ جتھے جنازے تے 100 بندہ کھڑا ہو کے اللہ دی بارگاہ دے اندر دعا کر دے 100 بندہ کھڑا ہو کے مسلمان اللہ دی بارگاہ دے اندر مرن والے واسطے بخشش دی دعا کر دے اللہ تعالی اس مرن والے دے گناہ نہیں ویکھے گا 100 بندے دی دعا دے صدقے نو جنت عطا کر دے گا اگر اس حالے سواب پہ بولا تو وقت تو اڑا بیت جانا ہے اس حالے سواب ہی نہیں مکڑا میں باپ پڑھ کے جانا ہے میں نے کارا لے آکھیا سارے ماں پڑھ دے دیں آج تو پیو پڑھنا ہے آج میں باپ دی شان تے سنا کے جانی ہے کاش کبھی قائم ہوتا تو میں دستا باپ نو اللہ نے عظمت کتنی کی دیتی ہے توجہ میرے نبی فرمایا 100 بندہ کھڑا ہو کے دعا کر دے اللہ او دے گناہ نہیں ویندا 100 بندے دی دعا دے صدقے اس بندے نو جنت عطا کر دیندا ہے پھر آمینہ تے لال دی نظر متوسط طبقے تے پئی آپ نے دل اندر سوچیا تے کئی تے چوہدری ہو میں جدوں نہ مرنا ہے تے سارے لوکاں چاہو چاہی انہاں دا جنازہ پڑھن واسطے چلے جانا ہے پر میں کئی میرے امتی ایسے بھی ہو میں جڑے بڑے غریب ہو میں انہاں دے جنازے تے 100 بندہ تے نہیں جانا میرے مصطفی کریم علیہ السلام نے پھر اٹھ کے فرمایا اے میرے غلاموں میں اپنا پہلا حکم واپس لینا تے میں اعلان کرنا 100 نہیں جدے جنازے تے 40 بندے کھڑے ہو کے اللہ دی بارگاہ دے اندر دعا کردے ہیں اللہ تعالی اس بندے دے گناہ نہیں ویکھے گا 40 دی دعا دے صدقے نو جنت عطا کر دے جدو سرکار نے اعلان فرمایا سرکار بیٹھ گئے تھوڑی دیر بعد مصطفیٰ کریم پریشان ہو گئے آپ دے دل اندر خیال آیا کئی بندے تے ایسے ہونے نے جنہاں دے جنازے تے 100 ٹر جانے ہیں کئی تے ایسے ہونے نے جنہاں دے جنازے تے 40 ٹر جانے ہیں فرمایا کئی چوکھے غریب ہونے نے پنڈ والے انہاں نال سلام بھی نہیں لیندے ہونے تے میں تے سارے دا رسول ہاں میں تے سارے دی رحمت للعالمین ہاں پھر آپ اٹھ کے کھڑے ہو گئے فرمایا اے میرے غلاموں 100 نہیں 40 نہیں میں پھر اعلان کرنا 100 نہیں 40 نہیں جتھے جنازے تے 3 صفاں 2 2 2 6 بندے تسی بولے نہیں میں جڑا جملہ تے دتا ہے اونی گج کے کہو سبحان اللہ میرے مصطفیٰ کریم نے فرمایا 100 نہیں فرمایا 40 نہیں فرمایا 6 بندے کھڑے ہو کے رب العالمین دی بارگاہ دے اندر عرض کر دین اللہم اغفر لحینا اللهم اغفر في حينا وميتنا وشاهدنا وغائبنا وصغيرنا وكبيرنا وذكرنا وانسانا اللهم من احييته منا فاحيه على الإسلام ومن توفيته منا فتوفه على حضرات زبردار میرے نبی نے فرمایا 100 نہیں فرمایا 40 نہیں فرمایا جدے جنازے تے 6 بندے کھڑے ہو کے رب العالمین دی بارگاہ دے اندر دعا کر دین ویکھ میرے امام الانبیاء دی تیرے نال محبت ویکھ میرے امام الانبیاء دا تیرے نال پیار میں دل جے گواں گا میں سنیاں پیا دے تیرے اندر یارو یوکھیاں منزلاں پاریاں نے اک ملنی یہ کوٹھری رہن بدلے جنوں بوئے تے نہ کوئی واریاں نے اک ملنی یہ کوٹھری رہن بدلے جنوں بوئے تے نہ کوئی باریاں نے تے جدوں خزانے آن کے بال کھولے پچھی اڑ کے مار اڈاریاں نے سن مراں گے نال تیرے
ਹਜਿਓ ਨਾਨੀ ਬਾਜ਼ੀਆਂ ਹਾਰੀਆਂ ਨੇ ਤੇ ਜਿਹੜੇ ਤਰਸਦੇ ਸਨ ਦੀਦ ਨੂੰ ਦਿਨੇ ਰਾਤੇ ਅਜਿਓ ਨਾਵੀਂ ਬਾਰੀਆਂ ਮਾਰੀਆਂ ਨੇ ਮੁਹੰਮਦ ਬੂਟਿਆ ਜਗਦਾ ਪਿਆਰ ਝੂਠਾ ਕਬਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਹਜ਼ਰਤ ਮੇਰੇ ਇਮਾਮ ਉਲ ਅੰਬੀਆ ਫਰਮਾਇਆ 100 ਨਹੀਂ ਫਰਮਾਇਆ 40 ਨਹੀਂ ਫਰਮਾਇਆ 6 ਬੰਦੇ ਖੜੇ ਹੋ ਕੇ ਰੱਬੁਲ ਆਲਮੀਨ ਦੀ ਬਾਰਗਾਹ ਦੇ ਅੰਦਰ ਦੁਆ ਕਰਦੇ ਨੇ ਰੱਬੁਲ ਆਲਮੀਨ ਉਹਦੇ ਗੁਨਾਹ ਨਹੀਂ ਵੇਖੇਗਾ ਫਰਮਾਇਆ ਬਲਕਿ 100 ਬੰਦੇ ਦੀ ਦੁਆ ਦੇ ਸਦਕੇ ਨਹੀਂ ਬਲਕਿ 40 ਦੀ ਦੁਆ ਦੇ ਸਦਕੇ ਨਹੀਂ ਫਰਮਾਇਆ ਬਸ 6 ਬੰਦੇ ਖੜੇ ਹੋ ਕੇ ਦੁਆ ਕਰਦੇ ਨੇ ਫਰਮਾਇਆ ਅੱਲਾ ਗੁਨਾਹ ਨਹੀਂ ਵੇਖੇਗਾ ਅੱਲਾ ਉਸ ਬੰਦੇ ਨੂੰ ਜੰਨਤ ਅਤਾ ਕਰ ਛੱਡੇ ਜਿੰਦਾ ਦੁਆ ਕਰੇ ਤੇ ਮਰਨ ਵਾਲੇ ਤੱਕ ਪਹੁੰਚ ਤੇ ਬਾਕੀ ਰਹਿ ਗਿਆ ਖਾਣ ਪੀਣ ਦਾ ਸਮਾਨ ਮਿਰਖੇ ਦੇ ਉੱਤੇ ਕੋਈ ਇੱਕ ਦਲੀਲ ਤੇ ਬਣਦੀ ਹੈ ਲੋਕਾਂ ਆਖਣਾ ਕਿ ਮੌਲਵੀ ਸਾਹਿਬ ਦੁਆ ਕਰ ਗਏ ਨੇ ਖਾਣ ਪੀਣ ਦਾ ਸਮਾਨ ਨਹੀਂ ਦੱਸ ਕੇ ਗਏ ਹਜ਼ਰਤ ਜ਼ਿਬਕਾਰ ਤਵੱਜੋ ਰੱਖਣੀ ਹੈ ਮੇਰੇ ਇਮਾਮ ਉਲ ਅੰਬੀਆ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ ਮੇਰੇ ਇਮਾਮ ਉਲ ਅੰਬੀਆ ਦਾ ਗੁਲਾਮ ਹੈ ਜਿਹਦਾ ਨਾਮ ਹਜ਼ਰਤ ਸਾਦ ਰਜ਼ੀ ਅੱਲਾਹੁ ਤਾਲਾ ਨੂੰ ਆਦੀ ਜਨਾਬੇ ਵਾਲਾ ਬੁਖਾਰੀ ਸ਼ਰੀਫ ਜਿਲਦ 2 ਦੇ ਅੰਦਰ ਹਵਾਲਾ ਮੌਜੂਦ ਹੈ ਹਜ਼ਰਤ ਸਾਦ ਇਮਾਮ ਉਲ ਅੰਬੀਆ ਦੀ ਬਾਰਗਾਹ ਦੇ ਅੰਦਰ ਆਏ ਆ ਕੇ ਅਰਜ਼ ਕੀਤੀ ਸੋਹਣਿਆ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ ਤੇ ਲਾਜਪਾਲਾ ਮੇਰਾ ਦਿਲ ਕਰਦਾ ਮੈਂ ਆਪਣੀ ਮਾਂ ਨੂੰ ਕੋ ਤੋਹਫਾ ਪੇਸ਼ ਕਰਾਂ ਮੇਰੇ ਇਮਾਮ ਉਲ ਅੰਬੀਆ ਫਰਮਾਇਆ 2 ਰਵਾਇਤਾਂ ਮਿਲਦੀਆਂ ਨੇ ਮੇਰੇ ਇਮਾਮ ਉਲ ਅੰਬੀਆ ਫਰਮਾਇਆ ਸਾਹ ਤੇਰੀ ਮਾਲਕੀ ਦੇ ਅੰਦਰ ਕਿਹੜੀ ਕਿਹੜੀ ਚੀਜ਼ ਹੈ ਅਰਜ਼ ਕੀਤੀ ਲਜਪਾਲਾ ਇੱਕ ਖੂਹ ਵੀ ਹੈ ਵੇ ਫਰਮਾਇਆ ਇੱਕ ਬਾਗ ਵੀ ਹੈ ਵੇ ਫਰਮਾਇਆ ਮੈਂ ਮੁਹੰਮਦ ਮਖੂਹ ਤੇ ਲੈ ਚੱਲ ਹਜ਼ਰਤ ਮੇਰੇ ਇਮਾਮ ਉਲ ਅੰਬੀਆ ਖੂਹ ਤੇ ਗਏ ਆਪ ਨੇ ਇੱਕ ਤਖਤੀ ਲਿਖੀ ਫਰਮਾਇਆ ਹਾਜ਼ੀ ਹੀ ਲੀ ਉਮੀ ਸਾਦਿਨ ਫਰਮਾਇਆ ਲੋਕੋ ਆ ਜਿਹੜਾ ਖੂਹ ਵੇ ਸਾਦੀ ਮਾਂ ਦੇ ਸਾਲੇ ਸਵਾਬ ਵਾਸਤੇ ਵੇ ਕਮਲੀ ਵਾਲਿਆ ਇਹਦਾ ਕੀ ਸਵਾਬ ਹੈ ਫਰਮਾਇਆ ਜਿੰਨੇ ਲੋਕ ਇਸ ਖੂਹ ਤੋਂ ਪਾਣੀ ਪੀਣਗੇ ਪਾਣੀ ਪੀਣ ਵਾਲੇ ਪਾਣੀ ਪੀ ਲੈਣਗੇ ਅੱਲਾ ਕਬਰ ਅੰਦਰ ਦੀ ਮਾਂ ਨੂੰ ਸਵਾਬ ਪੁੱਛਾਂਦਾ ਰਹੇਗਾ ਹਜ਼ਰਤ ਕਈਆਂ ਲੋਕਾਂ ਨੇ ਇਤਰਾਜ਼ ਕੀਤਾ ਕਿ ਗਰੀਬਾਂ ਨੂੰ ਸਦਕਾ ਕਰੋ ਤੇ ਅੱਲਾ ਸਵਾਬ ਪਹੁੰਚਾਉਂਦਾ ਹੈ ਇਹਦਾ ਵੀ ਮੈਂ ਜਵਾਬ ਦੇਣਾ ਜਾਵਾਂ ਉਸ ਖੂਹ ਤੇ ਪਾਣੀ ਪੀਣ ਵਾਲੇ ਸਾਰੇ ਗਰੀਬ ਨਹੀਂ ਸਨ ਉਸ ਖੂਹ ਤੇ ਪਾਣੀ ਪੀਣ ਵਾਲੇ ਸਾਰੇ ਅਮੀਰ ਨਹੀਂ ਸਨ ਉਸ ਖੂਹ ਤੇ ਪਾਣੀ ਪੀਣ ਵਾਲੇ ਸਾਰੇ ਇਨਸਾਨ ਵੀ ਨਹੀਂ ਸਨ ਮੇਰੇ ਨਬੀ ਨੇ ਵੀ ਪਾਣੀ ਪੀਤਾ ਮੇਰੇ ਯਾਰ ਦੇ ਗੁਲਾਮਾਂ ਨੇ ਵੀ ਪਾਣੀ ਪੀਤਾ ਮੈਂ ਤੇ ਇੱਜੇ ਹੀ ਕਵਾਂਗਾ ਮਦੀਨੇ ਦੇ ਜਾਨਵਰਾਂ ਨੇ ਵੀ ਪਾਣੀ ਪੀਤਾ ਮਦੀਨੇ ਦੇ ਕੁੱਤਿਆਂ ਨੇ ਵੀ ਪਾਣੀ ਪੀਤਾ ਹਜ਼ਰਤ ਜੀ ਦਾ ਕਾਰ ਕੋਈ ਮੌਲਵੀ ਇਸ ਸਾਬਤ ਨਹੀਂ ਕਰ ਸਕਦਾ ਉਥੋਂ ਅਮੀਰਾਂ ਨੇ ਪੀਤਾ ਉਥੋਂ ਗਰੀਬਾਂ ਨੇ ਪੀਤਾ ਬਲਕਿ ਇਹ ਵੀ ਨਹੀਂ ਸਾਬਤ ਕਰ ਸਕਦਾ ਕਿ ਉਥੋਂ ਕੱਲੇ ਇਨਸਾਨਾਂ ਨੇ ਪੀਤਾ ਹਜ਼ਰਤ ਉਥੋਂ ਦੁਤਿਆਂ ਨੇ ਵੀ ਪੀਤਾ ਜਨਾਬ ਉਥੋਂ ਸ਼ੇਰਾਂ ਨੇ ਵੀ ਪੀਤਾ ਉਥੋਂ ਮਦੀਨੇ ਦੇ ਖੋਤਿਆਂ ਨੇ ਵੀ ਪੀਤਾ ਉਥੋਂ ਮਦੀਨੇ ਦੀਆਂ ਡਾਚੀਆਂ ਨੇ ਵੀ ਪੀਤਾ ਹਜ਼ਰਤ ਖੋਤੇ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਕੁੱਤੇ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਹਜ਼ਰਤ ਊਂਟ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਗਰੀਬ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਅਮੀਰ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਮੇਰੇ ਯਾਰ ਪੀਂਦੇ ਨੇ ਸਵਾਬ ਕਬਰ ਅੰਦਰ ਪਹੁੰਚਦਾ ਫਿਰ ਮਨ ਲੈ ਲਈ ਬੇਤਰ ਸੁਨੀਆਂ ਦੇ ਖਤਮ ਅੰਦਰ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ ਭਾਵੇਂ ਚੌਧਰੀ ਆਵੇ ਖਤਮ ਦਾ ਸਮਾਨ ਬਚ ਜਾਏ ਕੁੱਤਿਆਂ ਅੱਗੇ ਵੀ ਸੁੱਟ ਦਿਓ ਕੁੱਤੇ ਵੀ ਖਾਣਗੇ ਸਾਡੇ ਮਰਨ ਵਾਲਿਆਂ ਨੂੰ ਸਵਾਬ ਪਹੁੰਚਦਾ ਰਹੇਗਾ ਬੜੀ ਮਿਹਰਬਾਨੀ ਤੇ ਮੌਜੂਆਤ ਵੀ ਮੇਰੇ ਨਵੇਂ ਹੀ ਹੁੰਦੇ ਨੇ ਇੱਕ ਤੇ ਮੈਂ ਪੜ੍ਹਿਆ ਨਹੀਂ ਪੜ੍ਹਦਾ ਇੱਕ ਮੈਂ ਸੁਣਿਆ ਨਹੀਂ ਪੜ੍ਹਦਾ ਤਵੱਜੋ ਰੱਖਣੀ ਹੈ ਮਿਹਨਤ ਕਰਦਾ ਨਮਾਜ਼ ਪਾਈ ਤਵੱਜੋ ਬੜੇ ਮਿਆਣੇ ਸੁਣੇ ਨਹੀਂ ਪਰ ਜਿਹੜਾ ਮੌਜੂ ਪੜ੍ਹਾ ਲੱਗਾ ਬੜੀ ਮਿਹਰਬਾਨੀ ਤੇਰੀ ਨਜ਼ਰ ਕਰਾਂ ਲੱਗਾ ਹਜ਼ਰਤ ਮੇਰੇ ਇਮਾਮ ਉਲ ਅੰਬੀਆ ਤਸ਼ਰੀਫ ਫਰਮਾ ਨੇ ਅਚਾਨਕ ਨਬੀ ਪਾਕ ਅਲੈਹਿ ਸਲਾਤੁ ਵਸਸਲਾਮ ਗੁਲਾਮਾਂ
बाजो नसीहत करन लग पे सरकारे जी वकार दे गुलाम है किस तरह सी कोई काम ना होवे किसे बंदे ने बाहर जाना होवे असी आने मौला अगर मैं बाहर चला जावा ते मैं तेरी बारगाह दे अंदर एक रोजा रख के तेनु जनाबे वाला एक रोजा रख के या अल्लाह तेनु मैं राजी करांगा कोई बंदा दे मैं एक देग पका के मौला तेनु राजी करांगा कोई बंदा दाता दे दरबार ते जांदा है उठे जा के अंदर या दाता अगर मैं बाहर चला जावा एक देग पका के मैं तेरे दरबार ते बंडांगा कोई बंदा दे इमाम अली अल हक अगर मेरे छप जाए बीमारी दूर हो जाए मैं तेरे दरबार ते आके एक जनाबे वाला एक झाड़ू झाड़ा तरह तरह दिया मनता मरने आ मेरे नबी दे गुलाम है काम नहीं पिया हुंदा मेरे इमाम उल अंबिया दा गुलाम है हुजूर दी अल्लाह दी बारगाह च मन्नत की मन्नी अर्ज करते मौला अगर मेरा फुला काम हो जाए कि मैं जन्नत दा बुआ चुमांगा आपने फरमाया मेरे गुलामा जवाब दे दे जन्नत बुए का उतला सिरों चुमन की मन्नत मनिया हेठला सिरों चुमन की मन्नत मनिया अर्ज की लज पाला
ਇਹਨਾਂ ਤੇ ਨਹੀਂ ਆਖਿਆ ਬਸ ਹੈ ਆਖਿਆ ਮੈਂ ਜੰਨਤ ਦਾ ਬੂਆ ਚੁਮਾਂਗਾ ਮੇਰੇ ਇਮਾਮ ਉਲੰਬੀਆ ਮਸਕੂਰਾ ਪਏ ਆਪਨੇ ਫਰਮਾਇਆ ਮੇਰੇ ਗੁਲਾਮਾ ਪਰੇਸ਼ਾਨ ਨਾ ਹੋ ਲਜਪਾਲਾ ਕੀ ਕਰਾ ਫਰਮਾਇਆ ਆਪਣੇ ਘਰ ਚਲਾ ਜਾ ਆਪਣੇ ਬਾਪ ਦੀ ਪੇਸ਼ਾਨੀ ਨੂੰ ਚੁੰਮ ਲਈ ਸਮਝੀ ਜੰਨਤ ਦੇ ਬੂਏ ਦਾ ਉਤਲਾ ਸੇਰੂ ਚੁੰਮ ਲਿਆ ਫਰਮਾਇਆ ਆਪਣੀ ਮਾਂ ਦੇ ਕਦਮ ਚੁੰਮ ਲਈ थोड़ा जा मजीद उचा आखो सुभान अल्लाह जेड़ा सब तो उचा आखे अल्लाह कयामत वाले दिन मदनी यार दी शफात नसीब कर दे आपने फरमाया मेरे गुलामा अपने घर चला जा अपने मां बाप दे जनाबे वाला खिदमत कर सोनिया फौत हो गए ने हुण की करा मरना नहीं चाहता मरण तो बाद ते जाना जन्नत विच ही है तेरा गुलामा रौले पाए ने अर्ज करदा सोनिया तेरा गुलामा मेरे इमाम उलंबिया फरमाया फिर इंज कर जे मां भी कोई नहीं जे तेरा बाप भी कोई नहीं सोनिया हुण मेरे लेखी आ डरे फरमाया फिर कब्रिस्तान चला जा अपने बाप दी कब्र नु सराणे वलो चुम लई समझी जन्नत दे बूए दा उतला सेरू चुम लिया ते अपनी मां दी कब्र नु पवेंदे ओ चुम लई समझी जन्नत दे बूए दा जो इनी गल की गुलाम उची उची रोन लग पिया हजरत जिवाकार मेरे नबी फरमाया हुण क्यों रो रहे अर्ज कीती सोनिया रोवां क्यों ना जम्मिया मक्के अंदर हिजरत करके मदीने आ गया मेरी मेरी मां दी कब्र भी मक्के मेरे बाप दी कब्र भी मक्के कमली वालिया पता ही कोई नहीं बाप दी कब्र केड़ी जगह ते वे मां दी कब्र केड़ी जगह ते वे कमली वालिया मैं करा दे की करा फरमाया गुलामा तू मेरे कोल आया रोना मैं ते ओ नबिया जड़ा मुंहों गल कढ़ दे अल्लाह तकदीर बदल दे मेरी गल नहीं मोड़दा
ਸੋਹਣਿਆ ਹੁਣ ਕੀ ਕਰਾਂ ਫਰਮਾਇਆ ਫਿਰ ਵੀ ਰੋਣਾ ਲਜਪਾਲਾ ਕਰਾਂ ਤੇ ਕੀ ਕਰਾਂ ਪੱਕੇ ਜਾਵਾਂ ਫਰਮਾਇਆ ਨਹੀਂ ਪਰ ਯਾ ਰਸੂਲ ਅੱਲਾ ਕੀ ਕਰਾਂ ਫਰਮਾਇਆ ਆਪਣੇ ਘਰ ਚਲਾ ਜਾ ਆਪਣੀ ਮਾਂ ਦੀ ਕਬਰ ਦਾ ਤੈਨੂੰ ਪਤਾ ਕੋਈ ਨਹੀਂ ਆਪਣੇ ਬਾਪ ਦੀ ਕਬਰ ਦਾ ਵੀ ਤੈਨੂੰ ਪਤਾ ਕੋਈ ਨਹੀਂ ਕਮਲੀ ਵਾਲਿਆ ਕੀ ਕਰਾਂ ਫਰਮਾਇਆ ਘਰ ਚਲਾ ਜਾ ਸੋਹਣਿਆ ਘਰ ਜਾ ਕੇ ਕੀ ਕਰਾਂ ਫਰਮਾਇਆ ਦੋ ਲਕੀਰਾਂ ਖਿੱਚੀ ਪਹਿਲੀ ਲਕੀਰ ਆਪਣੇ ਬਾਪ ਦੇ ਨਾਂ ਦੀ ਖਿੱਚੀ ਦੂਜੀ ਲਕੀਰ ਆਪਣੀ ਮਾਂ ਦੇ ਨਾਂ ਦੀ ਖਿੱਚੀ ਜਿਹੜੀ ਲਕੀਰ ਆਪਣੇ ਬਾਪ ਦੇ ਨਾਂ ਦੀ ਖਿੱਚੀ ਹੋਏਗੀ ਉਹਨੂੰ ਸਰਾਣੇ ਵੱਲੋਂ ਚੁੰਮ ਲਈ ਸਮਝੀ ਜੰਨਤ ਦੇ ਬੂਹੇ ਦਾ ਉਤਲਾ ਸੇਰੂ ਚੁੰਮ ਲਿਆ ਜਿਹੜੀ ਲਕੀਰ ਆਪਣੇ ਮਾਂ ਦੇ ਨਾਂ ਦੀ ਖਿੱਚੀ ਹੋਏਗੀ ਉਹਨੂੰ ਪੈਰਾਂ ਵੱਲੋਂ ਚੁੰਮ ਲਈ ਸਮਝੀ ਜੰਨਤ ਦੇ ਬੂਹੇ ਦਾ ਹੇਠਲਾ ਸੇਰੂ ਚੁੰਮ ਲਿਆ ਗੁਜ਼ਾਰਿਸ਼ ਕਰਾਂਗਾ ਤਕਰੀਰ ਦਾ ਮੂਡ ਨਹੀਂ ਤਬਲੀਗ ਦਾ ਮੂਡ ਤਬਲੀਗ ਮੈਂ ਤੇਰੀ ਬਾਰਗਾਹ ਦੇ ਅੰਦਰ ਅਸ਼ੀਸ਼ ਵੀ ਪੇਸ਼ ਕਰਨ ਲੱਗਾ ਇੱਕ ਵਾਰ ਗੱਜ ਕੇ ਕਹੋ ਜ਼ਰਾ ਸੁਭਾਨ ਅੱਲਾਹ ਥੋੜਾ ਜਿਹਾ ਉੱਚਾ ਬੋਲੋ ਸੁਭਾਨ ਅੱਲਾਹ ਹਜ਼ਰਤ ਜ਼ਿਵਕਾਰ ਕੋਈ ਗੁਲ ਬਾਕੀ ਰਹੇਗਾ ਨਾ ਚਮਨ ਰਹਿ ਜਾਏਗਾ ਥੋੜਾ ਜਿਹਾ ਉੱਚਾ ਕਹਿ ਦਿਓ ਥੋੜਾ ਜਿਹਾ ਉੱਚਾ ਬੋਲੋ ਕੋਈ ਗੁਲ ਬਾਕੀ ਰਹੇਗਾ ਨਾ ਚਮਨ ਰਹਿ ਜਾਏਗਾ ਕੋਈ ਗੁਲ ਬਾਕੀ ਰਹੇਗਾ ਨਾ ਚਮਨ ਰਹਿ ਜਾਏਗਾ ਪਰ ਰਸੂਲੁੱਲਾਹ ਹਸਨ ਰਹਿ ਜਾਏਗਾ ਪਰ ਰਸੂਲੁੱਲਾਹ ਦੀਨੇ ਆਲਾ ਜਿਹੜਾ ਤੇਰੇ ਯਾਰ ਦਾ ਨਾਂ ਲੈਂਦਾ ਹੈ ਯਾ ਰੱਬੁਲ ਆਲਮੀਨ ਉਹਨੂੰ ਮਰਨ ਤੋਂ ਪਹਿਲਾਂ ਮਦੀਨੇ ਦੀ ਜ਼ਿਆਰਤ ਨਸੀਬ ਹੋ ਜਾਏ ਪਰ ਰਸੂਲੁੱਲਾਹ ਦੀਨੇ ਹਸਨ ਰਹਿ ਜਾਏਗਾ ਹਮੇ ਸਫੀਰੋ ਪਾਗ ਮੇਂ ਹੈ ਕੋਈ ਤਮਕਾ ਚਹਿ ਜਹਾਂ ਹਮੇ ਸਫੀਰੋ ਪਾਗ ਮੇਂ ਹੈ ਕੋਈ ਤਮਕਾ ਚਹਿ ਬੁਲਬੁਲੇ ਉੜ ਜਾਏਗੇ ਸੁਨਾ ਚਮਨ ਰਹਿ ਜਾਏਗਾ ਅਗਲਾ ਸ਼ੇਰ ਸੁਣ ਤੇ ਇਮਾਨ ਤਾਜ਼ਾ ਕਰ ਨਾਮ ਸ਼ਾਨੇ ਜਹਾਂ ਮਿਟ ਜਾਏ ਕੇਲੇ ਹਕੂਮਤ ਕੀਤੇ ਮੁਗਲੀਆ ਖਾਨਦਾਨ ਨੇ ਵੀ ਹਕੂਮਤ ਕੀਤੇ ਨਜ਼ਰ ਤੇ ਮਾਰੋ ਕਿਤਨੇ ਬਾਦਸ਼ਾਹ ਆਏ ਕਿਤਨੇ ਬਾਦਸ਼ਾਹ ਚਲੇ ਗਏ ਪਰ ਇੱਕ ਬਾਤ ਜ਼ਿਹਨ ਨਸ਼ੀਨ ਰੱਖ ਲਓ ਜਹਾਂ ਜਾਏ ਕੇ ਲੈ ਕਿਨੇ ਯਹਾਂ ਤੇ ਮਾਰੋ ਦੁਨੀਆ ਤੇ ਕਿੰਨੇ ਲੋਕ ਨੇ
ਜਿਹੜੇ ਅੱਜ ਵੀ ਜਨਾਬ ਮੁਗਲੀਆ ਖਾਨਦਾਨ ਦੇ ਨਾਂ ਲੈਂਦੇ ਹੋਣ ਦੁਨੀਆ ਦੇ ਕਿੰਨੇ ਲੋਕ ਨੇ ਜਿਹੜੇ ਅੱਜ ਜਨਾਬੇ ਵਾਲਾ ਕਿਸੇ ਬਾਦਸ਼ਾਹ ਦੇ ਨਾਂ ਲੈਂਦੇ ਹੋਣ ਦੁਨੀਆ ਦੇ ਕਿੰਨੇ ਲੋਕ ਨੇ ਜਿਹੜੇ ਅੱਜ ਰਾਜਾ ਸਲ ਦਾ ਨਾਂ ਲੈਂਦੇ ਹੋਣ ਜਨਾਬੇ ਵਾਲਾ ਰਾਜਾ ਦਹਰ ਦਾ ਨਾਂ ਲੈਂਦੇ ਹੋਣ ਪਰ ਇਹਨਾਂ ਦੇ ਮੁਕਾਬਲੇ ਅੰਦਰ ਇਮਾਮ ਅਲੀ ਉਲ ਹੱਕ ਦਾ ਨਾਂ ਅੱਜ ਵੀ ਜਾ ਰਹੀ ਹੈ ਇਹਨਾਂ ਦੇ ਮੁਕਾਬਲੇ ਅੰਦਰ ਜਨਾਬੇ ਵਾਲਾ ਪੀਰ ਮੁਰਾਦੀਏ ਦਾ ਨਾਂ ਅੱਜ ਵੀ ਜਾ ਰਹੀ ਹੈ ਹਜ਼ਰਤ ਉਹਨਾਂ ਦੇ ਮੁਕਾਬਲੇ ਦੇ ਅੰਦਰ ਅੱਜ ਵੀ ਮੁਹੰਮਦ ਬਿਨ ਕਾਸਿਮ ਦਾ ਨਾਂ ਜਾ ਰਹੀ ਹੈ ਕਿਉਂਕਿ ਜਨਾਬੇ ਵਾਲਾ ਉਹਨਾਂ ਦੇ ਦਿਲ ਅੰਦਰ ਇਮਾਮ ਉਲ ਅੰਬੀਆ ਦੀ ਮੁਹੱਬਤ ਹੈ ਉਹਨਾਂ ਦੇ ਦਿਲ ਅੰਦਰ ਇਮਾਮ ਉਲ ਅੰਬੀਆ ਦਾ ਇਸ਼ਕ ਹੈ ਕਿੰਨੇ ਸਾਲ ਹੋ ਗਏ ਹਜ਼ਰਤ ਦਾਦਾ ਅਲੀ ਹਜਦੇਰੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਹਜ਼ਾਰ ਸਾਲ ਦੇ ਕਰੀਬ ਹੈ ਪਰ ਅੱਜ ਵੀ ਜਨਾਬ ਦਾਦਾ ਦੇ ਦਰਬਾਰ ਤੇ ਚਲੇ ਜਾਓ ਕਿਸੇ ਦੁਨੀਆਦਾਰ ਦੇ ਦਰਬਾਰ ਤੇ ਸਾਲ ਬਾਅਦ ਵੀ ਜਨਾਬੇ ਨਾ ਰਸ਼ ਨਹੀਂ ਹੁੰਦਾ ਜਿੱਥੇ ਦਾਦਾ ਦੇ ਦਰਬਾਰ ਤੇ 24 ਘੰਟੇ ਬੰਦੇ ਨਜ਼ਰ ਆਉਂਦੇ ਨੇ ਹਜ਼ਾਰ ਕਿੰਨੇ ਸਾਲ ਹੋ ਗਏ ਨੇ ਸ਼ਬਾਸ ਕਲੰਦਰ ਇਸ ਦੁਨੀਆ ਤੋਂ ਗਿਆ ਹੈ ਅੱਜ ਵੀ ਨਾ ਜਿੰਦਾ ਹੈ ਕਿੰਨੇ ਸਾਲ ਹੋ ਗਏ ਨੇ ਹਜ਼ਰਤ ਜ਼ਿਬਕਾਰ ਇਮਾਮ ਅਲੀ ਉਲ ਹੱਕ ਇਸ ਦੁਨੀਆ ਤੋਂ ਗਏ ਨੇ ਅੱਜ ਵੀ ਤੁਸੀਂ ਲੋਕ ਜੁਮੇਰਾਤ ਉਹਨਾਂ ਦੀ ਦਰਬਾਰ ਤੇ ਜਾਂਦੇ ਹੋ ਇਹਦੀ ਵਜ੍ਹਾ ਕੀ ਹੈ ਹਜ਼ਰਤ ਅੱਲਾ ਨੇ ਕਿਸੇ ਚੀਜ਼ ਨੂੰ ਰਾਇਗਾ ਤੇ ਬੇਕਾਰ ਨਹੀਂ ਰੱਖਿਆ ਇਹਨਾਂ ਚੀਜ਼ਾਂ ਨੂੰ ਸੋਚਿਆ ਕਰੋ ਹਜ਼ਰਤ ਜ਼ਿਬਕਾਰ ਜਿੱਥੇ ਦਾਦਾ ਦਾ ਦਰਬਾਰ ਹੈ ਉੱਥੇ ਕਈ ਦੁਨੀਆਦਾਰਾਂ ਦੇ ਮਜ਼ਾਰ ਵੀ ਹੈ ਨੇ ਕਈ ਬਾਦਸ਼ਾਹਾਂ ਦੀਆਂ ਕਬਰਾਂ ਵੀ ਹੈ ਨੇ ਪਰ ਲੋਕ ਅੱਜ ਦਾਦਾ ਦੇ ਦਰਬਾਰ ਤੇ ਜਾਂਦੇ ਨੇ ਇਹਦੀ ਬਸ ਹੈ ਹੀ ਵਜ੍ਹਾ ਨਾਮ ਸ਼ਾਹਾਨੀ ਜਹਾਂ ਮਿਟ ਜਾਏ ਗੇਲੇ ਕਿਤੇ ਹਸ਼ਰ ਤੱਕ ਨਾਮੋ ਨਿਸ਼ਾਨੇ ਪਲ ਜਤਨੇ ਰਹਿ ਜਾਏਗਾ ਹਸ਼ਰ ਤੱਕ ਨਾਮੋ ਨਿਸ਼ਾਨੇ ਪਲ ਜਤਨੇ ਰਹਿ ਜਾਏਗਾ ਸਭ ਵਕਾਫੀ ਹਸ਼ਰ ਤੱਕ ਸਭ ਫਨਾ ਹੋ ਜਾਏਗੇ ਲੇਕਿਨ ਵਕਾਫੀ ਹਸ਼ਰ ਤੱਕ ਨਾਤ ਹਜ਼ਰਤ ਦਾ ਜ਼ੁਬਾਨੋਂ ਪਰ ਸੁਖਨ ਰਹਿ ਜਾਏਗਾ ਹਜ਼ਰਤ ਕਾ ਜ਼ੁਬਾਨੋਂ ਪਰ ਸੁਖਨ ਰਹਿ ਜਾਏਗਾ ਅਗਰ ਚਾਹਤੇ ਹੋ ਕਿ ਮਰਨ ਤੋਂ ਬਾਅਦ ਤੁਹਾਡੇ ਨਾਂ ਸਲਾਮਤ ਰਹਿ ਜਾਵੇ ਤੇ ਮੁਹੰਮਦ ਦੇ ਗੁਲਾਮ ਬਣ ਜਾਓ ਆਜ ਲੈ ਕੀ ਪਤਾ ਪੌਣੇ ਦੋ ਇੱਕ ਮਿੰਟ ਤੇ ਹੋ ਗਿਆ ਤੇ ਮੈਂ ਮਕਨਾ ਦੀ ਸਨਾਈ ਸਰਾਰ ਸੁਸਾ ਦੀ ਆ ਮੈਨੂੰ ਤਾਂ ਟਾਈਮ ਦੱਸਣਾ ਹੀ ਫਜ਼ੂਲ ਹੈ ਮੈਨੂੰ ਕੋਈ 50 ਮਿੰਟ ਟਾਈਮ ਦੇ ਤੇ ਮੈਂ 40 ਤੇ ਛੱਡ ਕੇ ਟੁੱਟ ਜਾਣਾ ਆਜ ਲੈ ਕੀ ਪਤਾ ਆਜ ਮਦਦ ਮੰਗੀ ਨਸੇ ਕੱਲ ਨਾ ਮੰਨੇਗੇ ਕਿਆਮਤ ਮੇ ਅਗਰ ਮਰ ਗਿਆ ਮੈਂ ਹੱਥ ਬੰਨ ਕੇ ਗੁਜ਼ਾਰਿਸ਼ ਕਰਦਾ ਆਖਰਤ ਦੀ ਕੋਈ ਫਿਕਰ ਨਹੀਂ ਅਗਰ ਸਰਕਾਰ ਦੀ ਨਜ਼ਰ ਕਰਨ ਨਾਲ ਹੋਵੇ ਤੇ ਤੇ ਜੇ ਤੇਰੇ ਉੱਤੇ ਮੁਸਤਫਾ ਦੀ ਨਜ਼ਰ ਨਹੀਂ ਤੇਰੀ ਦੁਨੀਆ ਵੀ ਬੇਕਾਰ ਹੈ ਤੇਰੀ ਆਖਰਤ ਵੀ ਬੇਕਾਰ ਹੈ ਜ਼ਰਾ ਛਾਤੀ ਤੇ ਮਾਰ ਕਬਰ ਅੰਦਰ ਉਸ ਹਸਤੀ ਨੇ ਆਉਣਾ ਹੈ ਜਿਹਦੇ ਕੋਲ ਆਪਣਾ ਚਿਹਰਾ ਮੋੜ ਕੇ ਪਿੱਛੇ ਹੋ ਗਿਆ ਐ ਮਹਿਫਲ ਕਰਾਮ ਦਾ ਨਾਮ ਮੁਹੱਬਤ ਨਹੀਂ ਐ ਮੌਲਵੀ ਨੂੰ ਸਾਦ ਕੇ 50,000 ਰੁਪਇਆ ਫੀਸ ਦੇ ਕੇ ਇਲਾਜ ਕਰਾਮ ਦਾ ਨਾਮ ਮੁਹੱਬਤ ਨਹੀਂ ਨਾ ਮੌਲਵੀ ਤੇ ਨਾ ਤੇਰੇ ਚ ਮੁਹੱਬਤ ਐ ਵੇ ਤੂੰ ਆਪਣੇ ਚਿਹਰੇ ਤੇ ਮੁਸਤਫਾ ਦੀ ਸੁਨਨਤ ਨੂੰ ਸਜਾ ਤੇ ਕਈਆਂ ਬੰਦਿਆਂ ਬਦਮਾਸ਼ਾਂ ਨਾਲ ਦੀਆਂ ਰੱਖੀਆਂ ਹੁੰਦੀਆਂ ਛੋਟੀਆਂ ਛੋਟੀਆਂ ਜਾਂ ਨੋਕਾ ਖਤਮ ਕਰਦੇ ਜਾਂ ਮੁਸਤਫਾ ਜੀ ਦਾ ਰੱਖ ਮੁਸਤਫਾ ਦੀ ਸੁਨਨਤ ਬਣਾ ਕੇ ਸਜਾ ਗਿਆ ਤਵੱਜੋ ਜਿਹਦੇ ਤੇ ਜਿਹਦੇ ਜਨਾਬ ਚਿਹਰੇ ਤੇ ਸਰਕਾਰ ਦੀ ਸੁਨਨਤ ਨਹੀਂ ਜਿਹਦੇ ਪੱਲੇ ਨਮਾਜ਼ਾਂ ਨਹੀਂ ਇੱਕ ਗੱਲ ਯਾਦ ਰੱਖਿਆ ਜੀ ਲੱਖ ਮਿਲਾਦ ਕਰਾ ਲੱਖ ਮੌਲਵੀ ਬੁਲਾ ਸਰਕਾਰ ਦੀ ਬਾਰਗਾਹ ਚ ਕਬੂਲ ਨਹੀਂ ਜਿੰਨਾ ਚਿਰ ਸਰਕਾਰ ਦੀ ਗੁਲਾਮੀ ਦਾ ਪੱਟਾ ਆਪਣੇ ਗਲ ਵਿੱਚ ਨਹੀਂ ਪਾਇਆ ਇਹਨੇ ਬੰਦੇ ਬੈਠੇ ਹੋ ਕਿ ਮੈਂ ਉਮੀਦ ਕਰ ਸਕਣਾ ਇੱਕ ਬੰਦਾ ਵੀ ਮੁਸਤਫਾ ਦੀ ਸੁਨਨਤ ਸਜਾਏਗਾ ਵਾਦੇ ਮੈਂ ਨਹੀਂ ਲੈਣੇ ਕਿਉਂਕਿ ਤੁਸੀਂ ਬੜੇ ਬੇਵਫਾ ਲੋਕ ਹੁੰਦੇ ਹੋ ਮਹਿਫਲ ਚ ਉੱਠ ਕੇ ਵਾਦਾ ਖਿਲਾਫੀ ਵੀ ਕਰਦੇ ਹੋ ਇੱਕ ਦਾੜੀ ਦਾ ਗੁਨਾਹ ਦੂਜਾ ਵਾਦੇ ਦਾ ਗੁਨਾਹ ਤੇ ਮੈਂ ਤੁਹਾਡੇ ਤੇ ਤਰਸ ਕਰਨਾ ਵਾਦਾ ਨਹੀਂ ਲੈਣਾ ਲੇਕਿਨ ਉਮੀਦ ਕਰਾਂਗਾ
کہ ملاد اچھا عمل ہے، خطاب اچھا عمل ہے، نعت اچھا عمل ہے، پر کم از کم انگریزاں دے رواج چھڈ کے تیرے مصطفیٰ دا نوکر بن جا، کیونکہ نام شاہانِ جہاں مٹ جائیں گے لیکن یہاں حشر تک نام و نشان پنج دن رہ جائے گا۔ اگر چاہنا مرن تو بعد تیرے ڈول بج جا، پھر مصطفیٰ دا غلام بن جا۔ آج لے کی پناہ، آج مدد مانگ سے کل نہ مانیں گے، کل نہ مانیں گے۔ قیامت والے دن جدوں سارے نبی کھلوتے ہونے نے، یا رسول اللہ پانچ بندے میرے بھی لگایا جی، کسی نے آکھنا دس میرے بھی لگایا جی، حضرت موسیٰ نے آکھنا جناب ہے 50 بندے نے اساں سے بھی لگایا جی، تے اساں بھی سرکار کولے جا کے جناب اساں سانوں بھی لگایا جی، تے جے سرکار نے بس اتنا ہی پوچھ لیا نا تو کون ہے، تے دیر تے اوتے ہونی نہیں، منٹو منٹ کام ہونے نے، جدو سرکار نے آکھیا نا تو کون ہے، تے اینے چے تو فرشتیاں پھڑ کے تینوں جنت سوتے ہیں، اپنے چہرے تے مصطفیٰ دی داڑھی رکھ، جدو سرکار دے سامنے جائیے نا سرکار نو پوچھن دی لوڑ ہی نہ پئے، سرکار نو پتہ لگ جائے میرا غلام بن کے آیا ہے۔ آج لے کی پناہ، آج مدد مانگ سے، کی خیال وے بیلیو اپنے عملاں دی مان نہ کرے، آج کدی بھی نہ کرے، آج جڑا عملاں دی مان کردا ہے یا ابلیس بندا ہے یا شیطان بندا ہے، عملہ تے مان نہیں مصطفیٰ دی رحمت تے مان کر رہا ہے، تے مصطفیٰ دی رحمت تے مان تا ہی ہے جے مصطفیٰ دے غلام بن کے جاواں گے۔ ہن ایک چوہدری نو جناب تسی مخالفت دی کری جاؤ نو ووٹ وی نہ دیو، تھانے پھڑے جاؤ تو چوہدری تہاڈے مگر جائے گا نہیں، انہیں آکھنا ووٹ مینوں دتا ہی، میری گل تے عمل کردا رہیا چوہدری، آکھے ایتھوں پانی نہ پایا جائے تسی جناب پیچھے ٹول چلا کے پانی پا دیو، چوہدری آکھے انج کرو یار راہ کچا ہے تے تھوڑی کھوتی ریڑی نہ لگا جائے، تسی جناب اوتھوں دی گڈا پا دیو، تے جے پھڑیا گیا تے چوہدری تیرے مگر نہیں جانا۔ سرکار نے آکھیا نمازاں پڑھیا جائے، تو آکھیا میں نہیں پڑھنی، سرکار آکھیا داڑھی رکھیا جائے، تو آکھیا میں نہیں رکھنی، سرکار آکھیا گلیاں چ دیویاں نظراں کر کے ٹریا جائے، تو آکھیا میں نہیں ٹرنی، تے بیبیاں نو میرے مصطفیٰ فرمایا سر تے دوپٹہ لے آ جائے، انہاں کے اساں نہیں لینا، سرکار فرمایا کہ عورت دا زیور حیا ہے تے پردہ ہے، تے اسیاں نے نہیں، ساڈیاں بیبیاں بھی نے، ساڈا زیور جناب شرم و حیا نہیں، ساڈا زیور ہے منہ تے دانی پوڈر لا کے تے بازار چ پھرنا، جو سرکار نے آکھیا کیا کرنا کوئی نہیں، تے کی خیال ہے پھر بھی امید رکھو کہ مصطفیٰ نے ساری شفاعت کرنی ہے، پھر میں بھی احمق ہوں تم بھی احمق ہے، گلاں ساریاں مان، پھر فخر نال قدماں وچ بیٹھ کے آکھا کہ آکھیا نہیں صحیح مننی ہے بخشوا، پہلا عمل تے کرو پھر قدمی بیٹھ کے کوٹ کے پھڑ کے آکھا کہ یار سن لا جو تو آکھیا اسی کر کے آئے ہیں، ہن ساڈا بخشواو، آج لے ان کی پتا، آج مدد مانگی سے کل نہ مانیں گے قیامت میں، اگر مان گیا اللہ میرا اور تہاڈا بیٹھنا قبول فرمائے، جڑے دوست دور ہو نیڑے ہو اس پروگرام اندر آئے ہو اللہ تعالی سارے تے نظر رحمت فرمائے، آمین۔ بجاہ نبی الامین اور ساڈے بھائی محمد بشیر مرحوم، بھائی عامر مرحوم، یا رب العالمین انہاں دی بخشش و مغفرت فرمائے، آمین۔ و ما علی الا البلاغ المبین، ختم شریف پڑھیا جائے، بسم الله من الشيطان